ही फिर तुसी मैनू रोकदे हो इन्हां नशियां दे खिलाफ आवाज उठाउण तों। ओ यार जे तुसी मेरा साथ दिओ तां आपां इस पिंड चों नशा तक ही नशे दी झाड़ी पड़ देंगे। ओ यार ठीक है दीपे, मैनू लगदा आपां नूं विजय दा साथ देना चाहिए। तां फिर मैनू दिओ इस गल दा वादा। चल ठीक है विजय, मैं तेरे नाल हां। मैं भी तेरे नाल, ते मैं तां है ही। ਜਿਹੜਾ ਆਪਾਂ ਮਾਲ ਮੰਗਾਇਆ ਸੀ ਉਹ ਛੱਬਾ ਤੇ ਕਾਜਾ ਲੈ ਕੇ ਆਏ ਹੈ। ਬਾਈ ਜੀ ਹੋਰਾਂ ਨੂੰ ਮਿਲਣਾ ਚਾਹੁੰਦੇ ਹੈ। ਸੰਗਰ ਨਾਲ ਹੱਥ ਮਿਲਾਉਣ ਦਾ ਮਤਲਬ ਸਮਝਿਓ ਨਾ, ਮਾਲ ਕਾਲੇ ਸੱਪ ਦੇ ਡੰਗ ਵਰਗਾ ਹੋਣਾ ਚਾਹੀਦਾ ਬੱਲਿਓ। थले रखो पानी, पहला माल चक्रा किते ए ना होवे, ए पानी तन्नू बाद च नसीब ना होवे। चाचा माल ता चेक कर इना दा। ਤੁਸੀਂ ਨਹੀਂ ਲੱਗਣਾ ਚਾਹੁੰਦੇ ਤਾਂ ਅਸੀਂ ਲੱਗ ਜਾਂਦੇ ਹਾਂ ਸੋਹਣਿਓ। ਤੁਹਾਨੂੰ ਮੂੰਹ ਬਣਾਉਂਦੀ ਹੈ ਮੇਰੀ ਜੁੱਤੀ, ਛੱਡ ਮੇਰਾ ਨਾ ਮੈਂ ਕਦੀ ਛੱਡ ਮੇਰੀ ਕੁੜੀ ਦੀ ਜੇ ਨਾ ਛੱਡਾ ਤਾਂ ਫੇਰ ਕੀ ਕਰੇਗਾ? ਕਰੂੰਗਾ ਤਾਂ ਮੈਂ ਉਹੀ ਜੋ ਮੈਨੂੰ ਕਰਨਾ ਚਾਹੀਦਾ। ਛੱਡੋ ਬਾਈ ਜੈਲੀ, ਸਾਰਾ ਪਿੰਡ ਵੇਖੀ ਜਾਂਦਾ, ਜਰੰਗੜ ਬਾਈ ਨੂੰ ਪਤਾ ਲੱਗ ਗਿਆ ਗੱਲ ਹੋਰ ਵਾਜੂ। ਰੰਗੜ ਦੇ ਅਵਾਰਾ ਕੁੱਤੇ ਜੈਲੀ ਤੇ ਰੂਪਾ। ਇਹ ਰੰਗੜ ਕੌਣ ਹੈ? ਰੰਗੜ ਇਸ ਪਿੰਡ ਦਾ ਬਹੁਤ ਵੱਡਾ ਬਦਮਾਸ਼ ਹੈ। ਕਿੰਨੇ ਸਾਰਾ ਪਿੰਡ ਨਸ਼ਿਆਂ ਚ ਡੋਬ ਕੇ ਰੱਖ ਦਿੱਤਾ ਹੈ। ਕੋਈ ਵੀ ਉਹਦੇ ਖਿਲਾਫ ਆਵਾਜ਼ ਨਹੀਂ ਉਠਾਉਂਦਾ, ਸਾਰਾ ਪਿੰਡ ਉਹਦੇ ਤੋਂ ਥਰ ਥਰ ਕੰਬਦਾ ਹੈ। ਅੱਛਾ, ਤਾਂ ਹੀ ਇਹਨਾਂ ਕੁੱਤਿਆਂ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਤਕਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਜੇ ਕੀ ਗੱਲ ਹੋ ਗਈ? ਕੁਛ ਨੀ ਵੀਰੇ, ਉਹ ਤਾਂ ਰੰਗੜ ਦੇ ਬੰਦੇ ਸੀ। ਸਾਨੂੰ ਪਹਿਲਾਂ ਹੀ ਪਤਾ ਸੀ ਤੂੰ ਕੋਈ ਗੜਬੜ ਜ਼ਰੂਰ ਕਰੇਗਾ। ਤੈਨੂੰ ਪਤਾ ਉਹ ਕਿੰਨੇ ਖਤਰਨਾਕ ਬੰਦੇ ਸੀ? ਤਾਂ ਹੀ ਤੁਸੀਂ ਉਹਨਾਂ ਤੋਂ ਡਰਦੇ ਹੋ। ਉਹ ਬਾਬਾ ਡਰਦੇ ਸੀ, ਤੂੰ ਚੱਲ ਕਰੇ। ਨਿੰਦਾ ਮੂੰਹ ਤੇ ਕੀ ਕਰਾਈ ਫਿਰਦਾ ਚਾਚਾ? ਕੁਛ ਨੀ ਚਾਚਾ, ਇਹ ਤਾਂ ਪਿੰਡ ਵਿੱਚ ਕਿਸੇ ਬੰਦੇ ਨੂੰ ਮਾਰ ਦੇ ਰਹੀ ਸੀ ਤੇ ਉੱਥੇ ਉਹ ਹੀਰੋ ਆ ਗਿਆ। ਬਈ ਆਹ ਕਿਹੜਾ ਹੀਰੋ ਆ ਗਿਆ ਇਸ ਪਿੰਡ ਵਿੱਚ ਜਿੰਨਾ ਰੰਗੜ ਦੇ ਬੰਦਿਆਂ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ? ਭਾਈ ਜੀ ਉਹ ਬੰਬੇ ਤੋਂ ਪੜ ਆਇਆ ਦੀਪੇ ਦੇ ਘਰ, ਮੈਂ ਉਹਨੂੰ ਬਹੁਤ ਕਿਹਾ ਸੀ ਪਰ ਉਹ ਤਾਂ ਮੈਂ ਕਿਸੇ ਰੰਗੜ ਨੂੰ ਕੁੜੀ ਨਹੀਂ ਜਾਣਦਾ। ਓਏ ਉਹਦੀ ਇੰਨੀ ਹਿੰਮਤ? ਚਾਚਾ ਤੈਨੂੰ ਤਾਂ ਪਤਾ ਨਾ ਇਹਦੀ ਸਜ਼ਾ ਕੀ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਕਾ ਰੰਗੜਾ ਲਾ ਦੇਵਾਂਗੇ ਟਿਕਾਣੇ। ਇਹ ਵਹਿਗੁਰੂ ਪਰਮ ਪਿਤਾ ਪਰਮਾਤਮਾ, ਮੈਂ ਇਸ ਪਿੰਡ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਕਰਮ ਕੀਤਾ ਹੋਇਆ ਵਾਹਿਗੁਰੂ। ਇਸ ਕੰਮ ਨੂੰ ਕਰਨ ਲਈ ਮੈਨੂੰ ਤੁਹਾਡੇ ਵੋਟ ਆਸਰੇ ਦੀ ਜ਼ਰੂਰਤ ਹੈ ਵਾਹਿਗੁਰੂ। ਮੇਰੇ ਅੰਗ ਸੰਗ ਸਹਾਈ ਰਹੀ ਪਰਮਾਤਮਾ, ਤਾਂ ਕਿ ਮੈਂ ਆਪਣਾ ਕਰਨ ਪੂਰਾ ਕਰ ਸਕਾਂ। ਸਤਨਾਮ ਸ਼੍ਰੀ ਵਾਹਿਗੁਰੂ। ਤੁਹਾਡੇ ਵਰਗੇ ਬਜ਼ੁਰਗਾਂ ਦਾ ਆਸ਼ੀਰਵਾਦ ਤਾਂ ਕਿਸੇ ਕਿਸਮ ਤੋਂ ਨਹੀਂ ਮਿਲਦਾ। ਕੁੜੇ ਪ੍ਰੀਤੀ, ਪਤਾ ਨਹੀਂ ਕਿਹੜਾ ਕੰਮ ਅੱਜ ਰੁੱਝੀ ਸ਼ਰਮਿੰਦਾ ਨਾ ਕਰੋ, ਇਹ ਤਾਂ ਮੇਰਾ ਫਰਜ਼ ਸੀ। ਜਾ ਪੁੱਤ ਇਹਦੇ ਵਾਸਤੇ ਚਾਹ ਪਾਣੀ ਲੈ ਕੇ ਆ। ਮਾਂ ਜੀ ਮੈਂ ਤਾਂ ਕੱਲਾ ਪਾਣੀ ਪੀਊਂਗਾ। ਨਾ ਪੁੱਤ, ਚਾਹ ਪਾਣੀ ਪੀਤੇ ਤੋਂ ਬਿਨਾਂ ਮੈਂ ਜਾਣ ਨਹੀਂ ਦੇਣਾ। Thank you.
ਤੁਸੀਂ ਵੀ ਇਹ ਪਾਣੀ ਮੈਂ ਚਾਹ ਲੈ ਕੇ ਆਉਣੀ ਆ। ਨਹੀਂ ਜੀ ਨਹੀਂ, ਚਾਹ ਨਹੀਂ ਮੈਂ ਪੀਣੀ, ਮੈਂ ਤਾਂ ਪਾਣੀ ਪੀਵਾਂਗਾ। ਚੰਗਾ ਮਾਂ, ਫਿਰ ਹੁਣ ਮੈਂ ਚੱਲਦਾ। ਚੰਗਾ ਪੁੱਤਰਾ, ਰੱਬ ਤੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰੇ। ਮਾਂ ਜੀ, ਹੁਣ ਤਾਂ ਇੱਕ ਹੀ ਮੁਰਾਦ ਹੈ ਕਿ ਉਹ ਪੂਰੀ ਹੋ ਜਾਏ। ਤਾਂ ਚੰਗਾ ਜੀ, ਸਤਿ ਸ੍ਰੀ ਅਕਾਲ। ਪੁੱਤ, ਭਲਾ ਇਹ ਕਿਹਦੇ ਘਰੇ ਆਇਆ? ਮਾਂ, ਇਹ ਦੀਪੇ ਵੀਰੇ ਦੇ ਘਰ ਸ਼ਹਿਰੋਂ ਆਇਆ। ਸੱਚੀ ਬਾਹਲਾ ਹੀ ਚੰਗਾ ਮੁੰਡਾ ਹੈ, ਬਾਹਲਾ ਹੀ ਸਾਊ ਹੈ। ਚੰਗਾ ਭਲਾ ਤੇ ਹੈਗਾ, ਪਰ ਤੁਹਾਡਾ ਚਿਹਰਾ ਤਾਂ ਕੁਝ ਹੋਰ ਹੀ ਦੱਸਦਾ। ਕਿਉਂ, ਕੀ ਦੱਸਦਾ ਮੇਰਾ ਚਿਹਰਾ? ਤਾਂ ਮੈਨੂੰ ਐਂ ਦੱਸਦਾ ਤੁਹਾਨੂੰ ਕਿਸੇ ਨਾਲ ਪਿਆਰ ਹੋ ਗਿਆ ਹੁੰਦਾ। ਹੈਲੋ, ਕਿੱਥੇ ਖੋ ਗਏ? ਨਾ ਬਾਬਾ ਨਾ, ਮੈਂ ਚੱਲਦੀ ਹਾਂ। ਫੇਰ ਕਦੋਂ ਮਿਲੋਗੇ ਜੀ? ਜਦੋਂ ਰੱਬ ਨੇ ਚਾਹਿਆ। ਜਿਹੜਾ ਹੁਣ ਤੱਕ ਤੂੰ ਆਪਣਾ ਸਿਰ ਧਰ ਤੇ ਸਲਾਮਤ ਲੈ ਕੇ ਸਾਡੇ ਪਿੰਡ ਤੁਰਿਆ ਫਿਰਦਾ ਹੈ। ਮੈਨੂੰ ਵੀ ਪਲ ਦੇ ਪਾਂਪੜਾਂ ਚ ਹੱਥ ਪਾਉਣਾ ਚੰਗਾ ਲੱਗਦਾ। ਓਏ ਹੀਰੋ, ਤੂੰ ਸਾਡੇ ਕੰਮਾਂ ਵਿੱਚ ਨਾ, ਤੇਰੀ ਜਾਨ ਸਲਾਮਤ ਰਹੂਗੀ। ਤੂੰ ਆਪਣੀ ਜਾਨ ਦੀ ਖੈਰ ਮਨਾ ਓਏ, ਜੇ ਕਿਤੇ ਇਹਨਾਂ ਲੋਕਾਂ ਵਿੱਚ ਕੋਈ ਤੂਫਾਨ ਉੱਠਿਆ ਤਾਂ ਤੇਰੇ ਵਰਗੇ ਜ਼ੁਲਮ ਦੇ ਬੇੜੇ ਵਿੱਚ ਹੀ ਰੁੜ ਜਾਣਗੇ। ਬਾਈ ਜੀ, ਜੇ ਤੁਸੀਂ ਕਹੋ ਤਾਂ ਮੇਰੀ ਹਿੱਕ ਵਿੱਚ ਗੋਲੀ ਠੰਡੀ ਕਰ ਦਿਓ। ਓ ਨਹੀਂ ਓਏ ਜੱਲੀ, ਤੂੰ ਆਪਣੀ ਗੋਲੀ ਬਚਾ ਕੇ ਰੱਖ, ਇਹ ਸਾਡੇ ਪਿੰਡ ਦਾ ਮਹਿਮਾਨ ਏ, ਇਹਨੂੰ 4 ਦਿਨ ਘੁੰਮ ਲੈਣ ਦੇ। ਜਾ ਹੀਰੋ, ਆਪਣੀਆਂ ਫਿਲਮਾਂ ਬਣਾ। ਚੱਲ ਛੱਡ ਬਾਈ, ਆਪਾਂ ਚੱਲੀਏ। ਲੈ ਜਾ ਇਹਨੂੰ, ਨਹੀਂ ਸ਼ਹਿਰ ਦੀ ਲਾਸ਼ ਜਾਊਗੀ। ਤੁਸੀਂ ਆਪਣੀਆਂ ਜਾਨਾਂ ਦੀ ਫਿਕਰ ਕਰੋ ਓਏ, ਤੇ ਨਾ ਹੋਵੇ ਤੁਹਾਡੀਆਂ ਚੁਰਾਹੇ ਚ ਪਈਆਂ ਲਾਸ਼ਾਂ ਕੁੱਤੇ ਵੀ ਨਾ ਖਾਣ। ਅਸ਼ਕੇ ਓ ਤੇਰੇ ਜੰਮਣ ਵਾਲੇ, ਤੂੰ ਰੰਗੜ ਨਾ ਪੰਗਾ ਤਾਂ ਲਿਆ, ਜਾ 4 ਦਿਨ ਐਸ਼ ਕਰ, ਲੈ ਜਾ ਇਹਨੂੰ। ਜਾ ਓਏ, ਜਾ ਹੀਰੋ, ਤੂੰ ਚਲਿਆ ਜਾ, ਸਾਡੇ ਪਿੰਡ ਦੇ ਮਾਹੌਲ ਨੂੰ ਨਹੀਂ ਜਾਣਦਾ। ਜੇ ਬਾਈ ਨੇ ਆਰਡਰ ਕਰਤਾ ਤਾਂ ਲੀਰਾ ਲੀਰਾ ਕਰ ਦਿਆਂਗੇ। ਜਾ ਹੀਰੋ, ਚੱਲੇ ਰੰਗੜਾ। ਇਹਦਾ ਮਤਲਬ ਸਾਰਾ ਪਿੰਡ ਰੰਗੜ ਤੋਂ ਡਰਦਾ? ਉਹ ਡਰਨ ਦੀ ਤਾਂ ਗੱਲ ਦੂਰ, ਉਹ ਜਦੋਂ ਵੀ ਗਲੀ ਚੋਂ ਲੰਘ ਜਾਂਦਾ ਤਾਂ ਬੂਹੇ ਟੁੱਕ ਜਾਂਦੇ ਆ। ਗੱਲ ਸੁਣੋ ਮੁੰਡੇ, ਆ ਚੱਕੋ ਸਮੈਕ ਤੇ ਪੈਸੇ, ਐਸ਼ ਕਰੋ ਐਸ਼, ਦੋਵੇਂ ਖੇਤਾਂ ਖੂਨ ਸੀ ਮੈਕ ਕਰੀਏ ਨੇ। ਨਾ ਬਾਈ ਨਾ, ਅਸੀਂ ਇਹ ਕੰਮ ਨਹੀਂ ਕਰਨਾ। ਸਾਲਿਓ, ਨਾਲੇ ਨਸ਼ਾ ਤੇ ਨਾਲੇ ਨੋਟ, ਫਿਰ ਕਾਹਦੀ ਟੋਟ? ਆ ਹੋਈ ਨਾ ਗੱਲ, ਕਿੱਡਾ ਸਿਆਣਾ ਮੁੰਡਾ, ਆ ਚੱਕੋ ਪੈਸੇ ਤੇ ਨਸ਼ਾ, ਲਓ ਤੁਸੀਂ ਵੀ ਲਓ, ਐਸ਼ ਕਰੋ ਐਸ਼। ਕੀ ਮਤਲਬ? ਮਤਲਬ ਇਹੀ ਕਿ ਰੰਗੜ ਚਾਹੁੰਦਾ ਕਿ ਇੱਕ ਵਾਰੀ ਨਸ਼ਾ ਦੇ ਕੇ ਇਹਨੂੰ ਨਸ਼ੇ ਦੀ ਆਦੀ ਕਰ ਦੇ। ਅੱਛਾ ਬਾਈ, ਹੁਣ ਸਮਝਿਆ ਬਾਈ ਰੰਗੜ ਦੇ ਦਿਮਾਗ ਨੂੰ। ਹੀਰੋ, ਤੂੰ ਤਾਂ ਅੱਜ ਰਾਤ ਨੂੰ ਮਾਲ ਲੈਣ ਵੀ ਜਾਣਾ ਬੱਦ ਤੋਂ। ਮਾਲ ਦਾ ਖਰਚਾ ਜ਼ਰੂਰ ਆਊਗਾ, ਰੰਗੜ ਦਾ ਮਾਲ ਨਾ ਕਦੇ ਰੁਕਿਆ ਤੇ ਨਾ ਕਦੇ ਰੁਕੂਗਾ। ਸੁਣੋ,
ला दो माल सारा। ओ जेली जोरे नु कह के साधु घेर के लिया ओ जोरे लैके आओ तेनु रंगड़ भाई साडा साडा बड़ा खा खा के फटे हैं ओ बच्चा संता नु माड़े बोल ना बोलने शराब दे देंगे बाबा तू की शराब देगा असी तेनु कुछ दिने आ ओ जेली बाबा पेनु मार ओ बच्चा ना ही नशा पीते करया ते ना ही खाना ओ साडा ना असी कुछ छड्या ते ना कोई छटना है चाचा ऐतकी का माल तो अपना करोड़ा वाले करोड़ा वाला पता नहीं अच्छा मेरा मूड खराब नहीं है भाई हूं किसी माल लेना है जा हेलो हेलो भाई यार माल नु अग ला दा पता नहीं चाचा मार साले सिर ते खुंडा बच्चों ते मैं सप वांगू फन चकदा सी भनती ना सरी वेखदा की आ रंगड़ा ला दे अग ते कर दे सुहा ओए बड्डा हीरो बनदा सी पिंड वालेयां नू पिछे ला के ओ किथे आ तेरे पिंड वाले ओ बैठे होने अंदर घरां नू कुंडियां ला के कदे भेड़ा बकरियां दे शिकार कीते शेर दे इना मान ना कर रंगड़ा कदे कदे शिकार करने वाला खुद शिकार बन जाता है जे कदे किसे सच दे राही दी अखां विच लहू आ जाए तो सवा सवा लख ते भी पारी पैंदा ओए सवा सवा लख दे आहू लाउण वालिया अज वेख किवें सारा पिंड तेरी मौत दा तमाशा वेखदा ए मेरी मौत दा तमाशा नहीं तेरे बुरे कम्मां दा अंत वेखना है रंगड़ा ओए भूतड़ी देया तू मेरा की अंत करेगा अज तैनू मैं साड़ के सवा कर दूं सवा दा मुंडे नूं अक सारे पिंड नूं तूं मेरा दुश्मन बनाता और मेरा हीरे वर्गा पुत सारी उम्र मैथों दूर कर छड्या सारी उम्र मैथों दूर ओए आ हीरे वर्गे मुंडे नूं किहड़े गिलास बनी फिरदा ओए।